ਗੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਹਾਦਸਿਆਂ ਤੇ ਠੱਲ ਪਾਉਣ ਦੇ ਲਈ ਹੁਣ ਸੜਕ ਸੁਰੱਖਿਆ ਫੋਰਸ ਬਣੇਗੀ ਹਰ 30 ਕਿਲੋਮੀਟਰ ਦੇ ਬਾਅਦ ਇੱਥੇ ਸਪੀਡੋਮੀਟਰ ਤੇ ਅਲਕੋਹਲਮੀਟਰ ਲਗਾਏ ਜਾਣਗੇ ਜੀ ਮੀਡੀਆ ਦੇ ਨਾਲ ਖਾਸ ਗੱਲਬਾਤ ਦੇ ਦੌਰਾਨ ਏ ਡੀ ਜੀ ਪੀ ਟ੍ਰੈਫਿਕ ਨੇ ਇਹ ਸਭੀ ਜਾਣਕਾਰੀ ਦਿੱਤੀ ਹੈ ਕਿ ਆ ਸ਼ਰਾਬ ਦੇ ਕਾਰਨ ਹੋਣ ਵਾਲੇ ਸੜਕੀ ਹਾਦਸੇ ਅਤੇ ਠੱਲ ਪਵੇਗੀ ਇਸ ਦੇ ਨਾਲ ਆਉਂਦੇ 2-3 ਮਹੀਨਿਆਂ ਦੇ ਅੰਦਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ ਏਐਸ ਰਾਏ ਦੇ ਵੱਲੋਂ ਇਹ ਗੱਲ ਬਾਤ ਕੀਤੀ ਗਈ ਹੈ ਜੀ ਪੰਜਾਬ ਰਿਆਣਾ ਹਿਮਾਚਲ ਦੇ ਨਾਲ ਪੰਜਾਬ ਦੇ ਵਿੱਚ ਹਾਸਿਆਂ ਨੂੰ ਘਟਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਬਣਾਈ ਜਾਵੇਗੀ ਜਿਸ ਦੇ ਨਾਲ ਕਹਿ ਸਕਦੇ ਹਾਂ ਹਾਸਿਆਂ ਦੇ ਵਿੱਚ ਕਮੀ ਆਵੇਗੀ ਕੀ ਕੁਝ ਪੂਰਾ ਰੋਡ ਮੈਪ ਹੋਵੇਗਾ ਗੱਲਬਾਤ ਕਰਾਂਗੇ ਸਾਡੇ ਨਾਲ ਏਡੀਜੀਪੀ ਟ੍ਰੈਫਿਕ ਏਐਸ ਰਾਏ ਸਾਹਿਬ ਮੌਜੂਦ ਨੇ ਰਾਏ ਸਾਹਿਬ ਸਭ ਤੋਂ ਪਹਿਲਾਂ ਕੀ ਪੂਰਾ ਮੈਟਰ ਹੋਵੇਗਾ ਜਿਸ ਦੇ ਨਾਲ ਸੜਕ ਸੁਰੱਖਿਆ ਫੋਰਸ ਬਣਾਈ ਜਾਵੇਗੀ ਅ ਮੈਂ ਤੁਹਾਨੂੰ ਪੰਜਾਬ ਦੇ ਸੜਕ ਹਾਦਸਿਆਂ ਬਾਰੇ ਥੋੜਾ ਦੱਸਣਾ ਚਾਹਾਂਗਾ ਪੰਜਾਬ ਦੇ ਵਿੱਚ ਅਮੂਮਨ ਹਰ ਇੱਕ ਸਾਲ 4500 ਮੌਤਾਂ ਸੜਕ ਹਾਦਸਿਆਂ ਦੇ ਵਿੱਚ ਹੁੰਦੀਆਂ ਹੈਗੀਆਂ ਨੇ ਜੇ ਆਪਾਂ ਇਹਦਾ ਹਿਸਾਬ ਲਾਈਏ ਤਾਂ ਪੰਜਾਬ ਦੇ ਵਿੱਚ ਹਰ ਇੱਕ ਸਾਲ 703 ਆਪਣੇ ਉਹ ਹੁੰਦੇ ਹੈਗੇ ਨੇ ਮਰਦੇ ਹੁੰਦੇ ਹੈਗੇ ਨੇ ਤੇ 4500 ਮੋਤਾਂ ਜਿਹੜੀਆਂ ਹੁੰਦੀਆਂ ਨੇ ਉਹ ਸੜਕ ਹਾਦਸਿਆਂ 'ਚ ਹੁੰਦੀਆਂ ਨੇ ਸੋ ਇਸ ਤਹਿਤ ਇਹ ਇੱਕ ਜ਼ਰੂਰੀ ਹੋ ਜਾਂਦਾ ਕਿ ਆਪਣਾ ਪੁਲਿਸ ਦਾ ਫੋਕਸ ਸ਼ਿਫਟ ਕਰਕੇ ਜਿਹੜੇ ਇਹ ਸੜਕ ਹਾਦਸੇ ਬਣਦੀ ਆਪਾਂ ਨੂੰ ਜ਼ਿਆਦਾ ਧਿਆਨ ਦਿੱਤਾ ਜਾਵੇ ਹੁੰਦੀਆਂ ਨੇ 80 70 ਤੋਂ 80% ਦੀ ਮੋਤਾਂ ਹੁੰਦੀਆਂ ਨੇ ਉਸ ਦੇ ਕਾਰਨ ਮੁੱਖ ਕਾਰਨ ਕੀ ਮੰਨੇ ਜਾਂਦੇ ਹਾਈਵੇ ਦੇ ਉੱਪਰ ਹਾਂ ਉਹਦੇ ਦੋ ਮੁੱਖ ਕਾਰਨ ਹੈਗੇ ਨੇ ਇੱਕ ওভারਸਪੀਡਿੰਗ ਹੈਗਾ ਔਰ ਦੂਜਾ ਕਾਰਨ ਹੈਗਾ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਜੀ ਤੋ ਉਹ ਸਾਰੀ ਚੀਜ਼ ਨੂੰ ਸਟੱਡੀ ਕਰਨ ਤੋਂ ਬਾਅਦ ਇਹ ਅਸੀਂ ਨਾਲ ਇਹਦੇ ਨਾਲ-ਨਾਲ ਅਸੀਂ ਸੜਕ ਦੇ ਉੱਤੇ ਕਿੱਥੇ ਜ਼ਿਆਦਾ ਹਾਦਸੇ ਹੁੰਦੇ ਨੇ ਉਹਨਾਂ ਨੂੰ ਬਲੈਕ ਸਪੌਟ ਕਹਿਆ ਜਾਂਦਾ ਉਹ ਵੀ ਅਸੀਂ ਸਟੱਡੀ ਕੀਤੀ ਪੰਜਾਬ ਦੇ ਵਿੱਚ ਪਿਛਲੇ ਸਾਲ ਕੋਈ 784 ਬਲੈਕ ਸਪੌਟ ਸੀਗੇ ਜਿੱਥੇ ਮਾਈਨਰ ਇੰਜੀਨੀਅਰਿੰਗ ਚੇਂਜ ਕਰਨ ਨਾਲ ਕਿਤੇ ਕੋਈ ਰੰਬਲਰ ਬਣਾ ਦੋ ਕਿਤੇ ਕੋਈ ਇੰਡੀਕੇਟਰ ਲਾ ਦੋ ਉਹਦੇ ਨਾਲ ਅਸੀਂ ਉਹਨਾਂ ਦਾ 784 ਦਾ ਜਿਹੜਾ ਨੰਬਰ ਸੀ ਉਹਨੂੰ ਅਸੀਂ ਖੱਲ ਪਾ ਕੇ ਉਹ ਅੱਧਾ ਘਾਤਾ ਹੈਗਾ ਕੋਈ 392 ਦੇ ਕਰੀਬ ਹੁਣ ਸਾਡੇ ਉਹ ਬਲੈਕ ਸਪੌਟ ਦੇ ਅਗੇ ਨੇ ਔਰ ਉਹ ਹੁਣ ਇਹਦੇ ਲਈ ਇੱਕ ਸਾਨੂੰ ਮੋੜਾ ਪਾਣ ਦੀ ਲੋੜ ਆ ਇਹ ਉਹ ਮੋੜਾ ਪਾਣ ਲਈ ਅਸੀਂ ਇਹ ਸੜਕ ਸੁਦੱਖਿਆ ਫੋਰਸ ਨੂੰ ਕਨਸੀਵ ਕੀਤਾ ਉਹ ਮੋੜਾ ਕਿਵੇਂ ਪੈਗਾ ਉਹ ਦੇ ਤਹਿਤ ਅਸੀਂ ਜਿਹੜੀ ਇਹ ਸੜਕ ਸੁਦੱਖਿਆ ਫੋਰਸ ਹੈਗੀ ਆ ਇਹ ਨਵੀਂ ਫੋਰਸ ਹੈਗੀ ਆ ਯੰਗ ਬੰਦੇ ਹੋਣਗੇ ਇਹਨਾਂ ਨੂੰ ਗੱਟੀਆਂ ਤਿੱਤੀਆਂ ਜਾਣਗੇ 33 ਕਿਲੋਮੀਟਰ ਦੇ ਫਾਸਲੇ ਉੱਤੇ ਮਾਡਰਨ ਗੱਡੀਆਂ ਜਿਹੜੀਆਂ ਵਧੀਆ ਗੱਡੀਆਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਔਰ ਇਹਨਾਂ ਨੂੰ ਲੈਸ ਕੀਤਾ ਜਾਏਗਾ ਆਪਣਾ ਜਿਹੜੇ ਸਪੀਡ ਚੈੱਕ ਕਰਨ ਲਈ ਇੰਟਰਸੈਪਟਰ ਕਹਿੰਦੇ ਨੇ ਤੇ ਜਿਹੜੇ ਆਪਣਾ ਅਲਕੋਹਲ ਡਰਾਈਵਿੰਗ ਲਈ ਐਲਕੋਮੀਟਰ ਕਹਿੰਦੇ ਨੇ ਉਹ ਦੋਨਾਂ ਚੀਜ਼ਾਂ ਨਾਲ ਇਹਨਾਂ ਨੂੰ ਲੈਸ ਕੀਤਾ ਜਾਏਗਾ ਇਹ 30-30 ਕਿਲੋਮੀਟਰ ਦੇ ਫਾਸਲੇ ਤੇ ਹੋਣ ਗਿਆ ਤਾਂ ਕਿ ਆਮ ਲੋਕਾਂ ਨੂੰ ਇੱਕ ਮੈਸੇਜ ਜਾਵੇ ਕਿ ਓਵਰ ਸਪੀਡਿੰਗ ਤੇ ਡਰੰਕ ਡਰਾਈਵਿੰਗ ਇਹ अवॉइड ਕਰਨਾ ਇਹ ਕਹਿੰਦਾ ਹੈ ਕਿ ਫਿਰ ਉਸ ਤੋਂ ਬਾਅਦ ওভার ਸਪੀਡ ਤੇ ਜੋ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਉਸਤੇ ਇੱਕ ਪੂਰਨ ਤਰੀਕੇ ਦੇ ਨਾਲ ਠੱਲ ਪਾਈ ਜਾਵੇਗੀ ਬਿਲਕੁਲ ਠੱਲ ਪਾਈ ਜਾਏਗੀ ਔਰ ਪਲੱਸ ਕਈ ਆਪਣੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਚੱਲਦੇ ਫਿਰਦੇ ਹੋ ਤੁਸੀਂ ਇਹ ਦੇਖਿਆ ਹੋਵੇਗਾ ਕਈ ਪੰਜਾਬ ਦੇ ਵਿੱਚ ਕਿਉਂਕਿ ਹੁਣ ਦੋਹਰੀਆਂ ਸੜਕਾਂ ਬਣ ਗਈਆਂ ਨੇ ਕਈ ਵਾਰੀ ਤੁਸੀਂ ਦੇਖੋਗੇ ਕਿ ਜਿਸ ਪਾਸੇ ਕਈ ਵਾਰੀ ਪਿੰਟ ਇਸ ਪਾਸੇ ਹੁੰਦਾ ਸੜਕ ਦੇ ਵਿੱਚ ਕੱਟ ਨਹੀਂ ਹੁੰਦਾ ਉਹ ਲੋਕ ਪੁੱਠੀ ਟ੍ਰੈਫਿਕ ਚਲਾਈ ਜਾਂਦੇ ਨੇ ਔਰ ਉਹ ਪੁੱਠੀ ਟ੍ਰੈਫਿਕ ਕਰਕੇ ਵੀ ਬਹੁਤ ਐਕਸੀਡੈਂਟ ਹੋ ਜਾਂਦੇ ਨੇ ਕਿਉਂਕਿ ਦੂਜੀ ਗੱਡੀ ਤੇਜ਼ ਆਦੀ ਹੁੰਦੀ ਹੈ ਪੁੱਠੇ ਪਾਸੇ ਜਦੋਂ ਆਂਦੀ ਹੈ ਗੱਡੀ ਉਹਦੇ ਨਾਲ ਉਹਦਾ ਐਕਸੀਡੈਂਟ ਹੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਾਈਵੇ ਦੇ ਉੱਤੇ ਵਾਇਲੇਸ਼ਨ ਨੂੰ ਰੋਕਣ ਲਈ ਔਰ ਖੁਦਾ ਨਾਕਾਸਤਾ ਜੇ ਕਿਤੇ ਕੋਈ ਐਕਸੀਡੈਂਟ ਹੋ ਵੀ ਜਾਵੇ ਤਾ ਆਪਣਾ ਇੱਕ ਗਟੀਆਂ ਦੇ ਵਿੱਚ ਸਾਦੇ ਪ੍ਰਬੰਧ ਹੋਣਗੇ ਕਿ ਉਹ ਐਕਸੀਡੈਂਟ ਵਿਕਟਮ ਨੂੰ ਇਮੀਡੀਏਟਲੀ ਇੱਕ 골ਡਨ ਆਰ ਦਾ ਕਨਸੈਪਟ ਹੁੰਦਾ ਵੀ 1 ਘੰਟੇ ਦੇ ਅੰਦਰ ਅੰਦਰ ਜੇ ਬੰਦਾ ਹਸਪੀਟਲ ਪਹੁੰਚੇ ਤਾਂ ਉਹਦੀ ਜਾਨ ਬਚਣ ਦੇ 90% ਚਾਂਸ ਹੁੰਦੇ ਨੇ ਤੇ ਇਹ ਉਹਨਾਂ ਬੰਦਿਆਂ ਨੂੰ ਚੱਕ ਕੇ ਹਸਪੀਟਲ ਨੇੜੇ ਦੇ ਹਸਪੀਟਲ ਲੈ ਕੇ ਜਾਣ ਦੇ ਤਾਂ ਕਿ ਉਹਨਾਂ ਨੂੰ ਮੋਢਲੀ ਸਹਾਇਤਾ ਮਿਲ ਸਕੇ ਔਰ ਆਪਾਂ ਪੰਜਾਬ ਦੇ ਵਿੱਚ ਇਹ ਜਿਹੜੀਆਂ ਪ੍ਰੈਸ਼ੀਸ ਲਾਈਫਸ ਨੇ ਇਹਨਾਂ ਨੂੰ ਬਚਾ ਪਾਈ ਹੈ ਕੈਮਰਾ ਪਰ ਸਤਜਿੰਦਰ ਦੇ ਨਾਲ ਕਮਲਦੀਪ ਜੀ মিডিਆ ਚੰਡੀਗੜ੍ਹ